ਸਿਕੰਦਰ ਮੈਨੂੰ ਕਹਿੰਦਾ ਬਾਈ ਜੇ ਕੋਈ ਕਿਸੇ ਨੂੰ ਕੋਈ ਚੀਜ਼ ਨਹੀਂ ਪਤਾ ਲੱਗਦੀ ਮੰਨ ਲਓ ਕਿਸੇ ਨੇ ਰੇੜੀ ਬਣਾਉਣੀ ਆ ਜਾਂ ਜੌਂਗਾ ਬਣਾਉਣਾ ਦਾ ਕਹਿੰਦਾ ਮੈਨੂੰ ਫੋਨ ਕਰ ਲੈ ਯਾਰ ਮੈਂ ਦੱਸ ਦੂੰ ਕਿਉਂਕਿ ਥੋੜੇ ਲੋਕ ਹੀ ਇਦਾਂ ਦੇ ਹੁੰਦੇ ਨਹੀਂ ਤਾਂ ਅਗਲਾ ਲਕੋ ਰੱਖਦਾਗਾ ਪਰ ਸਿਕੰਦਰ ਬੜੇ ਵਧੀਆ ਦਿਲ ਦਾ ਬੰਦਾ ਹੈਗਾ ਤੁਸੀਂ ਜੇ ਰੇੜੀ ਜਾਂ ਜੌਂਗਾ ਬੜਮਾਉਣਾ ਤਾਂ ਸਭ ਤੋਂ ਪਹਿਲਾਂ ਇੱਕ ਵਾਰ ਸਿਕੰਦਰ ਨੂੰ ਕਾਲ ਜ਼ਰੂਰ ਕਰਾ ਇੱਕ ਵਧੀਆ ਇਨਸਾਨ ਵਾਸਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਤੇ ਮੈਂ ਖੜਾ ਪਿੰਡ ਦੋਦੜਾ ਜ਼ਿਲ੍ਹਾ ਮਾਨਸਾ ਤੇ ਤਹਿਸੀਲ ਬਲਾਡਾ ਦੇ ਵਿੱਚ ਮੇਰੇ ਨਾਲ ਬਾਈ ਸਕੰਦਰ ਖਾਨ ਸਕੰਦਰ ਕੀ ਹਾਲ ਆ ਬਾਈ ਠੀਕ ਹੈ ਜੀ ਵਧੀਆ ਠੀਕ ਹੋ ਹਾਂਜੀ ਵਧੀਆ ਬਾਈ ਪਤਾ ਕੀ ਗੱਲ ਆ ਮੈਂ ਅੱਜ ਵੀਡੀਓ ਕਿਉਂ ਬਣਾਉਣਾ ਆ ਇੱਥੇ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਆ ਕਿ ਸਕੰਦਰ ਜੌਂਗਾ ਬਣਾਉਂਦਾ ਹੈਗਾ ਇਹ ਜੌਂਗਾ ਸਾਰੇ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਤੇ ਬੜਾ ਵਧੀਆ ਜੌਂਗਾ ਤਿਆਰ ਕਰਦਾ ਨੇ ਕਈ ਜੌਂਗੇ ਵੇਚੇ ਵੀ ਨੇ ਤੇ ਕਾਰਨ ਕੀ ਹੋ ਗਿਆ ਕਾਰਨ ਇਹ ਹੋ ਗਿਆ ਮੇਰੇ ਪੇਜ ਦੇ ਉੱਤੇ ਹੋਰ ਵੀ ਵੀਡੀਓ ਪਈਆਂ ਨੇ ਜੋਂਗੇ ਵਗੈਰਾ ਵੀ ਆ ਮੈਂ ਬਣਾਉਂਦਾ ਰਹਿਣਾਗਾ ਰੇੜੀਆਂ ਦੀਆਂ ਵੀ ਬਣਾਉਣਾ ਰਹਿਣਾਗਾ ਐਦਾਂ ਦੀਆਂ ਕਈ ਵੀਡੀਓ ਤੁਸੀਂ ਮੇਰੇ ਪੇਜ ਦੇ ਉੱਤੇ ਦੇਖੋਗੇ ਪਰ ਸਕੰਦਰ ਦੇ ਕੋਲ ਮੈਨੂੰ ਕਿਉਂ ਆਉਣਾ ਪਿਆ ਕਿਉਂਕਿ ਸਕੰਦਰ ਜਿਹੜਾਗਾ ਉਹ ਬੜੇ ਹੀ ਜਾਇਜ਼ ਰੇਟ ਦੇ ਵਿੱਚ ਜੋਂਗੇ ਬਣਾਉਂਦਾਗਾ ਤੇ ਬੜਾ ਹੀ ਵਧੀਆ ਕੰਮ ਕਰਦਾਗਾ ਸਕੰਦਰ ਹੁਣ ਤੱਕ ਕਿੰਨੇ ਜਾਉਂਗੇ ਤੁਸੀਂ ਵੇਚਦੇ ਇਹ ਹੁਣ ਚੌਥਾ ਮਾਡਲ ਹੈ ਜੀ ਮੇਰਾ ਚੌਥਾ ਮਾਡਲ ਹਾਂਜੀ ਤੇ ਇਹ ਵੀ ਕਿਸੇ ਵਾਸਤੇ ਤਿਆਰ ਕੀਤਾ ਹਾਂਜੀ ਇਹ ਵੀ ਸੁਲਤਾਨ ਪਰਲੋਦੀ ਜਾਊਗਾ ਇਹ ਉਹਨਾਂ ਵਾਸਤੇ ਤਿਆਰ ਕਰਿਆ ਸੁਲਤਾਨ ਪਰਲੋਦੀ ਆਣਾ ਪਹਿਲਾਂ ਉਹਨਾਂ ਨੂੰ ਕੋਈ ਵੇਚਿਆ ਪਹਿਲਾਂ ਇੱਕ ਅਜਸ਼ਰ ਦੀ ਸ਼ੇਪ ਚ ਗਿਆ ਤੀਗਾ ਅੱਛਾ ਅੱਛਾ ਇਹ ਉਹਨਾਂ ਨੇ ਦੁਬਾਰੇ ਹੋਰ ਤਿਆਰ ਕਰਵਾਇਆ ਇਹ ਤੁਸੀਂ ਸਬਰਾਜ ਦੀ ਸ਼ੇਪ ਦੇ ਵਿੱਚ ਬਣਾਤਾ ਹਾਂ ਇਹ ਸਬਰਾਜ ਦੀ ਸ਼ੇਪ ਵਿੱਚ ਤਿਆਰ ਕਰਿਆ ਠੀਕ ਹੈ ਜਾਨੀ ਉਹਨਾਂ ਨੂੰ ਉਹ ਲੱਗ ਗਿਆ ਵੀ ਯਾਰ ਵਧੀਆ ਹੈਗਾ ਤਾਂ ਕਰਕੇ ਉਹਨਾਂ ਨੇ ਦੂਜਾ ਭਾਈ ਗੱਲ ਇਹ ਹੁੰਦੀ ਹੈ ਵੀ ਜਦੋਂ ਕੋਈ ਚੀਜ਼ ਬੰਦਾ ਖਰੀਦਦਾਗਾ ਜੇ ਵਧੀਆ ਲੱਗੇ ਤਾਂ ਫੇਰ ਵੀ ਅਗਲਾ ਡਿਮਾਂਡ ਕਰਦਾ ਵੀ ਹਾਂ ਸਿਕੰਦਰ ਇਹ ਜਿਹੜਾ ਜੌਂਗਾਗਾ ਇਹ ਕਿੱਥੋਂ ਵਾਸਤੇ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਵਾਸਤੇ ਬਣਾਇਆ ਬਾਈ ਨੇ ਜੌਂਗਾ ਇਹ ਤੇ ਪਹਿਲਾਂ ਵੀ ਉਹ ਲੈਗੇ ਤੇ ਹੁਣ ਫੇਰ ਇਹ ਜਿਹੜਾ ਦੂਜਾ ਜੌਂਗਾਗਾ ਉਹ ਉਹਨਾਂ ਨੇ ਤਿਆਰ ਕਰਵਾਇਆਗਾ ਤੇ ਸਿਕੰਦਰ ਮੈਂ ਤੈਨੂੰ ਇਹ ਪੁੱਛੂੰਗਾ ਕਿਉਂਕਿ ਜਉਂਗੇ ਤਾਂ ਮੇਰੇ ਪੇਜ ਦੇ ਉੱਤੇ ਲੋਕਾਂ ਨੇ ਬਹੁਤ ਦੇਖਿਆ ਪਹਿਲਾਂ ਹੀ ਠੀਕ ਆ ਤੇ ਮੈਂ ਪਰ ਖੁੱਲ ਕੇ ਤੇਰੇ ਕੋਲੋਂ ਹੀ ਪੁੱਛਣਾ ਚਾਹੂੰਗਾ ਵੀ ਮੰਨ ਲਓ ਜੌਂਗਾ ਕਿਸੇ ਨੇ ਬਣਵਾਉਣਾ ਹੈ ਹਾਂਜੀ ਠੀਕ ਆ ਹਾਂਜੀ ਤਾਂ ਇਹ ਕਿੰਨੇ ਦਾ ਬਣੂਗਾ ਇਹ ਜੇ ਆਪਾਂ ਨੂੰ ਅਗਲਾ ਮੋਟਰਸਾਈਕਲ ਦਿੰਦਾ ਹੈਗਾ ਫੇਰ ਤਾਂ ਇਹ ਮੰਨ ਕੇ ਚੱਲੋ ਵੀ 65000 ਰੁਪਏ ਦੇ ਵਿੱਚ ਆਪਾਂ ਤਿਆਰ ਕਰਕੇ ਦੇ ਦਿਆਂਗੇ 65000 ਚ ਤਿਆਰ ਕਰ ਦੇਉਂਗੇ ਹਾਂਜੀ ਵਧੀਆ ਚੀਜ਼ਾਂ ਲਾ ਕੇ ਸਾਰੀਆਂ ਅੱਛਾ ਭਾਈ ਉਹੀ ਗੱਲ ਆ ਨਾ ਜਿਵੇਂ ਕੋਈ ਕਹਿੰਦਾ ਲੱਖ ਦਾ ਜੀ ਕੋਈ ਸਵਾ ਲੱਖ ਦਾ ਤੇ ਇਹ ਸਿਕੰਦਰ ਕੋਲੇ ਇਸ ਕਰਕੇ ਆਇਆ ਮੈਂ ਕਹਿੰਦਾ ਵੀ ਜੇ ਤੁਸੀਂ ਮੋਟਰਸਾਈਕਲ ਦੇ ਦੋਗੇ ਤਾਂ ਤੁਹਾਨੂੰ 65000 ਰੁਪਏ ਚ ਜਾਊਗਾ ਤਿਆਰ ਕਰਕੇ ਦਊਗਾ ਅੱਛਾ ਜੇ ਨਹੀਂ ਕਈ ਵਾਰ ਨਹੀਂ ਮੋਟਰਸਾਈਕਲ ਹੁੰਦਾ ਜਾਂ ਸਾਰਾ ਕੁਝ ਤੁਸੀਂ ਕਰਨ ਦਾ ਫੇਰ ਉਹ ਫਿਰ ਆਪਾਂ ਮੰਨ ਕੇ ਚੱਲੋ ਵੀ 10 ਕਹ ਹਜ਼ਾਰ ਰੁਪਏ ਦੀ ਵਧੀਆ ਕਪੈਸਿਟੀ ਵਾਲਾ ਮੋਟਰਸਾਈਕਲ ਖਰੀਦਦੇ ਆਪਾਂ ਆਪ ਤੇ ਫਿਰ ਉਹ 10 ਕਹ ਹਜ਼ਾਰ ਰੁਪਏ ਐਡ ਹੋ ਜਾਂਦਾ ਹੈ 75 ਕਹ ਹਜ਼ਾਰ ਰੁਪਏ ਦੇ ਵਿੱਚ ਤਿਆਰ ਹੁੰਦਾ ਹੋ। ਭਾਈ ਜੇ ਤਾਂ ਆਪਣੇ ਕੋਲ ਕਈ ਵਾਰ ਮੋਟਰਸਾਈਕਲ ਖੜਾ ਹੁੰਦਾ ਸਕੂਟਰ ਦਾ ਤਾਂ ਨਹੀਂ ਲੱਗਦਾ ਇਹਦੇ ਵਿੱਚ। ਨਹੀਂ ਫਿਲਹਾਲ ਸਕੂਟਰ ਵਾਲਾ ਮੈਂ ਕੋਈ ਲਾਇਆ ਨਹੀਂ ਤੇ ਜੇ ਅਗਲਾ ਲਵਾਉਣਾ ਚਾਹੇ ਤਾਂ ਮਤਲਬ ਉਹਦਾ ਥੋੜਾ ਜਿਹਾ ਸੈਟਿੰਗ ਦਾ ਫਰਕ ਹੁੰਦਾ ਉਹ ਲੱਗ ਜ਼ਰੂਰ ਜਾਊਗਾ। ਲੱਗ ਜ਼ਰੂਰ ਜਾਊਗਾ। ਭਾਈ ਸਕੰਦਰભાઈ ਕਹਿੰਦਾ ਕਈ ਵਾਰ ਆਪਣੇ ਘਰੇ ਮੋਟਰਸਾਈਕਲ ਖੜਾ ਹੁੰਦਾ ਹਨ ਤਾਂ ਉਹ ਤੁਸੀਂ ਦੋ ਤਾਂ 65000 ਦੇ ਵਿੱਚ ਤੁਹਾਨੂੰ ਜਾਊਗਾ ਤਿਆਰ ਮਿਲੂਗਾ ਸਾਰਾ ਕੁਝ ਨਵਾਂ ਲਾ ਕੇ ਹਾਂਜੀ ਸਾਰਾ ਕੁਝ ਨਵਾਂ ਲਾ ਕੇ ਤੇ ਹੈਵੀ ਚੱਕੇ ਲਾ ਕੇ ਬਿਲਕੁਲ ਸਾਰਾ ਸਿਸਟਮ ਹੈਵੀ ਲੱਗੂਗਾ ਆ ਦੇਖੋ ਭਾਈ ਕਈ ਦੋਸਤਾਂ ਦੇ ਮੈਨੂੰ ਫੋਨ ਆ ਜਾਂਦਾ ਵੀ ਲੱਖ ਲੱਖ ਰੁਪਏ ਦੇ ਜਾਉਂਗੇ ਜਾਂ ਐ ਇੰਨਾ ਇੰਨਾ ਬੋਲਦੇ ਆ ਤੇ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਜਾਊਗਾ ਤੁਹਾਨੂੰ ਮਿਲ ਸਕਦਾ ਹੈਗਾ ਸਕੰਦਰ ਕੋਲ ਸਕੰਦਰ ਨੰਬਰ ਤੁਹਾਡਾ ਕਿੰਨਾ ਹੈ 84272 48062 84272480480622 ਦਾ ਨੰਬਰ ਆ ਹੁਣ ਤੁਹਾਨੂੰ ਦਿਖਾਉਣੇ ਆਂ ਅਸੀਂ ਜਾਊਂਗਾ ਜਾਉਂਗੇ ਦੇ ਵਿੱਚ ਕੀ ਕੁਛ ਸਕੰਦਰ ਨੇ ਲਾਇਆ ਹੈਗਾ ਉਹ ਆਪਾਂ ਗੱਲਬਾਤ ਕਰਦੇ ਆਂ ਸਕੰਦਰ ਪਹਿਲਾਂ ਤਾਂ ਇਹਦਾ 10 ਵੀ ਦੀ ਐਵਰੇਜ ਕਿੰਨੀ ਆ ਇਹਦੀ ਐਵਰੇਜ ਜਿਹੜਾ ਹੁਣ ਚੈੱਕ ਕਰਕੇ ਦੇਖੀ ਹੈ ਵੀ TVS ਦੇ ਮੋਟਰਸਾਈਕਲ ਦੀ ਜਿਹੜੀ ਐਵਰੇਜ ਆ ਇਹ 45 ਤੱਕ ਦੀ ਐਵਰੇਜ ਹੁੰਦੀ ਹੈ ਇਹਦੀ ਇਹ ਜਾਣੀ ਜਿੰਨਾ ਮੋਟਰਸਾਈਕਲ ਐਵਰੇਜ ਦਿੰਦਾ ਉਹਨਾਂ ਹੀ ਇਹਦੇ ਵਿੱਚ ਲਾ ਕੇ ਦਿੰਦਾ ਹਾਂ ਉਹਦੇ ਨਾਲੋਂ ਥੋੜਾ ਜਿਹਾ ਘਟ ਜਾਂਦਾ ਜਿਵੇਂ ਮੰਨ ਕੇ ਚੱਲੋ ਵੀ TVS ਜਿਹੇ 55 ਦੀ ਦਿੰਦਾ ਤਾਂ ਥੋੜੀ ਜਿਹੀ ਐਵਰੇਜ ਘਟ ਜਾਂਦੀ ਹੈ 10 ਕਿਲੋਮੀਟਰ ਦੇ ਹਿਸਾਬ ਦੇ ਨਾਲ ਤੇ ਜਿਵੇਂ 55 ਦੀ ਹੈ ਤਾਂ 45 ਦੀ ਦੇਊਗਾ 45 ਦੀ ਐਵਰੇਜ ਤੇ ਇੱਕ ਹੋਰ ਵੀ ਜਿਵੇਂ ਆਪਾਂ ਹੁੰਦਾ ਬੈਗ ਕਰਨਾ ਹੁੰਦਾ ਇਹ ਬੈਗ ਗੀਅਰ ਹੈਗਾ ਇਹਦੇ ਵਿੱਚ ਹਾਂ ਇਹ 'ਚ ਬੈਕ ਗੀਅਰ ਹੈਗਾ ਜੀ ਤੇ ਵਧੀਆ ਕੁਆਲਿਟੀ ਦਾ ਆਪਾਂ ਉਹ ਬੈਗ ਗੀਅਰ ਬਣਾਉਣੇ ਆਂਗੇ ਇਹ ਇਹਦੇ ਉ ਗੇਅਰ ਕਿੰਨੇ ਨੇ ਜਿਵੇਂ ਮੋਟਰਸਾਈਕਲ ਦੇ ਚਾਰ ਹੁੰਦੇ ਆ ਚਾਰ ਹੀ ਆ ਹਾਂ ਚਾਰ ਇਹਦੇ ਗੇਅਰ ਨੇ ਤੇ ਮੰਨ ਕੇ ਚੱਲੋ ਵੀ ਚਾਰ ਅੱਗੇ ਨੇ ਚਾਰ ਪਿੱਛੇ ਨੇਗੇ ਬੈਕ ਦੇ ਨਾਲ ਠੀਕ ਆ ਠੀਕ ਆ ਵੀ ਚਾਰ ਹੀ ਅੱਗੇ ਚਾਰ ਹੀ ਪਿੱਛੇ ਹਾਂ ਸਾਰੇ ਗੇਅਰਾਂ 'ਚ ਹੀ ਇਹ ਬੈਕ ਹੁੰਦਾ ਸਾਰੇ ਗੇਅਰਾਂ 'ਚ ਆ ਬਹੁਤ ਵਧੀਆ ਜਾਊਗਾ ਬਾਈ ਆ ਜਾ ਬਾਈ ਸਿਕੰਦਰ ਹੋਰ ਦੱਸ ਕੀ ਆ ਇਹਦੀ ਜਿਹੜੀ ਆਪਣੀ ਤੇਲ ਵਾਲੀ ਟੈਂਕੀ ਹੁੰਦੀ ਆ ਇਹਦੀ ਤੇਲ ਵਾਲੀ ਟੈਂਕੀ ਆ ਹੈ ਜੀ ਇਹ ਬਾਰਨਰ ਖੁੱਲਦਾ ਹੈ ਅੱਛਾ ਅੱਛਾ ਕੀ ਆ ਬਾਤ ਆ ਇਹ ਬਾਰਨਰ ਖੁੱਲਦਾ ਕਰਿਆ ਹੋਇਆ ਬੀਜੇ ਜ਼ਰੂਰ ਤਾਂ ਟੈਂਕੀ ਕੱਢਣ ਦੀ ਤਾਂ ਮਤਲਬ ਇਹ ਖੋਲ ਸਕਦਾ ਇਹਨੂੰ ਬਾਕੀ ਲਾਈਟਾਂ ਦਾ ਕੰਮ ਹੈ ਜਿਹੜਾ ਇਹ ਵਾਰਨਰ ਖੁੱਲ ਕੇ ਖੁੱਲਦਾ ਖੋਲ ਕੇ ਕੰਮ ਕਰਿਆ ਜਾ ਸਕਦਾ ਇਹ ਚੀਜ਼ ਇੱਥੇ ਖੁੱਲਦੀ ਹੈ ਅੱਛਾ ਅੱਛਾ ਐਦਾਂ ਬਣਾਦੀ ਬਾਈ ਆ ਚੱਕੋ TVS ਦੀ ਠੀਕ ਹੈ ਇਹਦੇ ਵਿੱਚ ਇਹ ਟੈਂਕੀ ਜੇ ਖੁੱਲਦੀ ਹੈਗੀ ਜੇ ਜ਼ਰੂਰਤ ਹੈ ਬਦਲ ਬਦਲੇ ਜੇ ਜਾਂ ਕੋਈ ਕੰਮ ਕਰਨਾ ਤਾਂ ਇਹ ਆ ਲਾਈਟਾਂ ਦਾ ਕੰਮ ਕਰਨਾ ਇਹ ਵੀ ਇੱਥੋਂ ਸੌਖਾ ਹੋ ਜਾਣਾਗਾ ਠੀਕ ਹੈ ਠੀਕ ਹੈ ਬੜਾ ਘੈਂਡ ਸਿਸਟਮ ਕਰਤਾ ਸੋਚਾਂ ਅੱਗੇ ਸੋਚਾਂ ਹੋ ਗਈਆਂ ਕੋਈ ਦਿੱਕਤ ਨਹੀਂ ਹੁੰਦੀ ਮਤਲਬ ਕਿਸੇ ਤਰ੍ਹਾਂ ਦੀ ਬਾਈ ਹਾਂ ਇੱਕੋ ਗੱਲ ਆ ਵੀ ਸੌਖਾ ਜਿਹਾਗਾ ਹਨਾ ਐਂ ਵੀ ਲੱਗਦਾ ਵੀ ਆ ਸੋਚਾਂ ਸੱਚਾਂ ਇਹਦਾ ਬੰਦਾ ਆਪ ਹੀ ਲੋਡ ਕਰਦਾ ਯਾਨੀ ਅਲਜ਼ਾਈਮਰ ਵਾਲਾ ਕੰਮ ਨਹੀਂ ਹੈਗਾ ਜਮਾਂ ਕਲੀਅਰ ਕਲੀਅਰ ਜੇ ਕੀਤਾ ਹੋਇਆ ਠੀਕ ਆ ਤੇ ਇੱਕ ਇਹਦਾ ਜਿਹੜਾ ਆ ਪਿਛਲਾ ਆਪਾਂ ਹੁੰਦਾ ਕਈ ਵਾਰ ਕਿਸੇ ਨੇ ਇਹੋ ਜਿਹਾ ਕੰਮ ਮੰਨ ਲਓ ਰੇਤੇ ਵਾਸਤੇ ਕਿਸੇ ਨੇ ਵਰਤਨ ਹਨਾ ਇਹ ਚੱਕਿਆ ਆ ਚੱਕਿਆ ਜਾਂਦਾ ਜੀ ਆ ਨੱਟ ਨੇ ਦੋ ਇੱਕ ਇਧਰ ਹੈ ਇੱਕ ਉਧਰ ਹੈ ਇਹ ਦੋਨੇ ਖੋਲ ਕੇ ਇਹ ਚੱਕਿਆ ਜਾਂਦਾਗਾ ਜਿੰਨਾ ਮਰਜੀ ਇਹਨੂੰ ਉਲਟਾ ਲਓ ਇਹ ਮਤਲਬ ਇਹ ਸਿੱਧਾ ਹੋ ਜਾਂਦਾ ਜਮਾ ਉਹ ਜਿਵੇਂ ਉਹ ਉਦੇ ਵਾਲੀਆਂ ਹੁੰਦੀਆਂ ਨੇ ਆਪਾਂ ਕੀ ਕਹੇ ਸ਼ੌਕਰਾਂ ਵਾਲੀਆਂ ਟਰਾਲੀਆਂ ਹੁੰਦੀਆਂ ਹਾਂ ਹਾਂ ਉਸੇ ਵਾਂਗੂ ਇਹਦੇ ਖੜੀ ਹੋ ਜਾਂਦੀ ਹੈ ਇਹ ਅੱਛਾ ਹਾਂ ਆਹ ਸਾਰੀ ਖੜੀ ਹੋ ਜਾਂਦੀ ਆ ਪਲਟ ਜਾਂਦੀ ਆ ਠੀਕ ਹੈ ਇੱਕ ਇਹਦੇ ਵਿੱਚ ਫਿਰ ਕੋਈ ਬੈਟਰੀ ਵਾਲਾ ਸਿਸਟਮ ਰੱਖਿਆ ਜਾਂ ਇਹ ਹਾਂਜੀ ਆਹ ਬੈਟਰੀ ਇੱਧਰ ਬੈਟਰੀ ਇਹਦੇ ਨਾਲ ਹੋ ਗਈ ਜੀ ਇੰਜਨ ਦੇ ਕੋਲੇ ਇੱਥੇ ਬੈਟਰੀ ਹੋ ਗਈ ਜੀ ਲਓ ਭਾਈ ਬੈਟਰੀ ਦਿਖਾਈਆ ਤੁਹਾਨੂੰ ਅੱਛਾ ਆਹ ਬੈਟਰੀ ਲੱਗੀ ਜੀ ਹਾਂ ਇਹ ਬੈਟਰੀ ਆ ਨਹੀਂ ਹੁਣ ਇਹ ਸੈਲਫ ਸਟਾਰਟ ਆ ਨਹੀਂ ਜੀ ਇਹ ਕਿੱਕ ਵਾਲਾ ਹੈ ਸੈਲਫ ਵਾਸਤੇ ਜੇ ਮਤਲਬ ਅਗਲਾ ਸੈਲਫ ਮੋਟਰਸਾਈਕਲ ਫਿਰ ਉਹ ਮੋਟਰਸਾਈਕਲ ਸੈਲਫ ਵਾਲਾ ਲੈਣਾ ਪੈਣਾ ਜੇ ਅਗਲਾ ਕਿੱਕ ਵਾਲਾ ਲੈਂਦਾ ਹੈ ਅਗਲਾ ਕਹਿੰਦਾ ਵੀ ਮੈਂ ਸਸਤਾ ਮੋਟਰਸਾਈਕਲ ਮਿਲਦਾ ਹੈ ਮੈਨੂੰ ਹਾਂ ਤੇ ਵੀ ਕਿੱਕ ਵਾਲਾ ਹੀ ਲਾ ਦੇ ਤਾਂ ਆਪਾਂ ਕਿੱਕ ਵਾਲਾ ਵੀ ਲਾ ਦਨੇ ਆ ਉਹ ਜਿਆਦਾ ਬਿਹਤਰ ਹੁੰਦਾ ਜਿਹੜਾ ਵੀ ਉਹ ਜਿਆਦਾ ਵਧੀਆ ਤੇ ਸੈਲਫ ਵਾਲਾ ਹੁੰਦਾਗਾ ਫਿੱਟੇ ਬੈਠੇ ਨੂੰ ਮਤਲਬ ਸੱਚ ਸਟਾਰਟ ਹੋ ਜਾਂਦਾ ਹੈ ਜਾਨੀ ਕਹਿਣ ਦਾ ਮਤਲਬ ਇਹ ਹੈ ਬੀ ਜੇ ਤਾਂ ਸੈਲਫ ਵਾਲਾ ਅਗਲਾ ਦੇ ਦੂ ਤੁਹਾਨੂੰ ਮੋਟਰਸਾਈਕਲ ਤਾਂ ਤੁਸੀਂ ਸੈਲਫ ਵੀ ਲਾ ਦਿਓਗੇ ਹਾਂ ਸੈਲਫ ਵਾਲਾ ਹੋ ਜਾਊਗਾ ਨਹੀਂ ਕਿੱਕ ਵਾਲਾ ਮਤਲਬ ਕੇ ਉਹ ਤਾਂ ਹੈਗੀ ਹੈ ਸੈਲਫ ਵਾਲੇ ਵਾਸਤੇ ਕੋਈ ਹੋਰ ਬੈਟਰੀ ਦੀ ਲੋੜ ਪੈਂਦੀ ਜਾਂ ਇਹੀ ਬੈਟਰੀ ਲੱਗ ਜਾਂਦੀ ਹੈ ਉਹ ਥੋੜੀ ਜੀ ਬੈਟਰੀ ਵੱਡੀ ਲੱਗਦੀ ਹੁੰਦੀ ਹੈਗੀ ਅੱਛਾ ਅੱਛਾ ਹਾਂ ਉਹ ਥੋੜੀ ਜੀ ਵੱਡੀ ਬੈਟਰੀ ਹੁੰਦੀ ਹੈਗੀ ਕਪੈਸਿਟੀ ਉਹਦੀ ਜ਼ਿਆਦਾ ਹੁੰਦੀ ਹੈਗੀ ਇਹ ਥੋੜੀ ਜਿਹੀ ਛੋਟੀ ਹੁੰਦੀ ਹੈ ਕਿ ਕੀ ਮਾਰਨੀ ਹੁੰਦੀ ਹੈ ਨਾ ਉਹਦੇ ਕਰਕੇ ਕਪੈਸਿਟੀ ਛੋਟੀ ਵਾਲੀ ਲੱਗ ਜਾਂਦੀ ਹੈ ਤੇ ਸਿਕੰਦਰભાઈ ਇੱਕ ਹੋਰ ਦੱਸ ਵੀ ਇਹਦੀ ਕਪੈਸਿਟੀ ਕਿੰਨੀ ਦਾ ਕਿੰਨਾ ਕੇ ਭਾਰ ਖਿੱਚ ਸਕਦਾਗਾ ਮੰਨ ਕੇ ਚਲੋ ਜੇ ਆਪਾਂ ਨਾਰਮਲ ਚੀਜ਼ ਚਲਾਉਣਾ ਜੇ ਜਾਦੇ ਮਤਲਬ ਜਾਦੇ ਚਿਰ ਚਲਾਉਣਾ ਤਾਂ ਇਹਦੀ ਛੀ ਕੁਆਂਟਲ ਦੀ ਕਪੈਸਿਟੀ ਰੱਖਦੇ ਆਪਾਂ ਅਗਲੇ ਨੂੰ ਆਪਾਂ ਕਹਿ ਕੇ ਦਿੰਨੇ ਆ ਵੀ ਛੀ ਕੁਆਂਟਾਲਾ ਵਜੇ ਨਾ ਇੱਥੇ ਜਿੰਮੇ ਮਰਜ਼ੀ ਲਿਆ ਸਕਦਾ ਹੈ ਤੇ ਵਜਨ ਪਏ ਵਧ ਵੀ ਵਗ ਜਾਂਦਾ ਤੇ ਜੇ ਮਤਲਬ ਮਤਲਬ ਛੀ ਚਲਾਊਗਾ ਤਾ ਜਾਦੇ ਚਰ ਚਲਦੀ ਹੈ ਚੀਜ਼ ਤੇ ਜੇ ਜਾਰੇ ਵਜਨ ਬਹੁਤ ਥੋੜਾ ਜਿਹਾ ਉਹ ਚ ਗੇਅਰ ਛੋੜਾ ਰੱਖ ਲੇ ਤਾਂ ਸਹੀ ਚਲਦੀ ਰਹਿੰਦੀ ਹੈ ਕਈ ਵਾਰੀ ਅਗਲਾ ਧੱਕਾ ਕਰਨ ਲੱਗ ਜਾਂਦਾ ਵੀ ਟਾਪ ਗੇਅਰ ਸਾਰੇ ਗੇਅਰ ਪਾ ਲੰਦਾ ਹੈਗਾ ਜਾਦੇ ਵਜਨ ਚ ਉਹ ਚ ਫਿਰ ਦਿੱਕਤ ਪੈਣ ਲੱਗ ਜਾਂਦੀ ਹੈ ਯਾਨੀ ਕਹਿਣਾ ਦਾ ਮਤਲਬ ਵੀ ਜਿਵੇਂ ਆਪਾਂ ਸਬਜੀ ਵਗੈਰਾ ਵੇਚਦੇ ਆ ਲੋਕ ਜਾਂ ਫੇਰੀ ਦਾ ਕੰਮ ਕਰਦੇ ਆ ਉਹਦੇ ਵਾਸਤੇ ਤਾਂ ਬਹੁਤ ਵਧੀਆ ਫਿਰ ਇਹ ਹਾਂਜੀ ਹਾਂ ਉਹ ਉਹਨਾਂ ਨਾਲ ਤਾਂ ਵੱਜ ਨਹੀਂ ਸਾਰਾ ਕੁਆਂਟਲ ਦੂੜ ਕੁਆਂਟਲ ਵਜਨ ਹੁੰਦਾ ਹੈਗਾ ਪੁਨੋਗੋਲ ਦਾ ਵਜ ਨਹੀਂ ਬਹੁਤ ਥੋੜਾ ਪੈਂਦਾ ਹੈਗਾ ਯਾਨੀ ਉਹਨੂੰ ਦਾ ਇਹ ਆਰਾਮ ਨਾਲ ਕੋਈ ਹਾਂ ਜਿਵੇਂ ਹੁਣ ਪਹਿਲਾਂ ਉਹ ਪਹਿਲਾਂ ਇਹ ਜਿਹੜਾ ਮੈਂ ਜਾਊਂਗਾ ਵੇਚਾਂ ਇਹ ਸਰਦੀ ਸ਼ੇਪ ਚ ਉਹ ਚੱਪਲਾਂ ਦਾ ਕੰਮ ਕਰਦਾ ਸੀਗਾ ਅੱਛਾ ਤੇ ਉਹਦਾ ਮੰਨ ਕੇ ਚਲੋ ਉਹਨੇ ਆਹ ਸਾਈਡ ਦੇ ਇਹਨਾਂ ਬਿੱਡ ਬਣਵਾਇਆ ਸੀ ਤੇ ਮਤਲਬ ਉਹਦਾ ਕੁਆਂਟਲ ਤੋਂ 2 ਕੁਆਂਟਲ ਤੱਕ ਵਜੰਦੀ ਉਹ ਆਪਦਾ ਵਧੀਆ ਸਿਸਟਮ ਚੱਲਦਾ ਹੈ ਉਹਨਾਂ ਦਾ ਉਹਨਾਂ ਨੇ ਫਿਰ ਇਹ ਦਵਾਰੇ ਆਪਾਂ ਨੂੰ ਸਾਈ ਦਿੱਤੀ ਹੈ ਇਹ ਕਿਹਾਗਾ ਇਹ ਮੰਨ ਕੇ ਚੱਲੋ ਵੀ ਜਿਵੇਂ ਸਬਜ਼ੀ ਦਾ ਕੰਮ ਕਰਨ ਵਾਸਤੇ ਉਹਨਾਂ ਨੇ ਬਣਵਾਇਆ ਹੈਗਾ ਠੀਕ ਹੈ ਹਾਂ ਮਟਰ ਵਗੈਰਾ ਉਹਨਾਂ ਨੇ ਆਪਦੀ ਖੇਤੀ ਕਰਦੇ ਨੇ ਸਬਜ਼ੀ ਦੀ ਤੇ ਉਹ ਉਹਦੇ ਵਾਸਤੇ ਬਣਵਾਇਆ ਇਹ ਬਾਈ ਬਹੁਤ ਵਧੀਆ ਜਾਊਗਾਗਾ ਦੇਖੋ ਥੱਲੇ ਨੰਬਰ ਵੀ ਹੈ ਜਿਹੜਾ ਮੋਟਰਸਾਈਕਲ ਲਾਇਆ ਹੈ ਇਹਦੇ ਵਿੱਚ ਉਹਦਾ ਨੰਬਰ ਆ ਇਹ ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਥੋੜੇ ਪੈਸਿਆਂ ਦੇ ਵਿੱਚ ਬਹੁਤ ਵਧੀਆ ਚੀਜ਼ ਤਿਆਰ ਕਰਕੇ ਦਿੰਦਾ ਸਕੰਦਰ ਬਾਕੀ ਜਰੂਰ ਬਾਈ ਨਾਲ ਕੰਟ੍ਰੈਕਟ ਬਾਕੀ ਰੇੜੀਆਂ ਰੇੜੀਆਂ ਵੀ ਤਿਆਰ ਕਰਦੇ ਆ ਜੇ ਆਪਾਂ ਅੱਛਾ ਹਾਂ ਮੋਟਰਸਾਈਕਲ ਵਾਲੀਆਂ ਰੇੜੀਆਂ ਵੀ ਤਿਆਰ ਕਰਦੇ ਆ ਜਿਵੇਂ ਮਤਲਬ ਲੱਕੜ ਦੀ ਬਾਡੀ ਵੀ ਤਿਆਰ ਕਰਦੇ ਆ ਤੇ ਲੋਹੇ ਦੀ ਬਾਡੀ ਵੀ ਤਿਆਰ ਕਰਦੇ ਆ ਉਹਦੇ ਵਿੱਚ ਆਪਾਂ ਜੋੜ ਨਹੀਂ ਪਾਉਂਦੇ ਹੈਗੇ ਹਾਂ ਸਾਰੀ ਮਤਲਬ 12 ਗੇਜ ਦੀ ਚਾਦਰ ਲਾ ਕੇ ਇੱਕੋ ਹੀ ਚਾਦਰ ਦੇ ਵਿੱਚੋਂ ਆਪਾਂ ਰੇੜੀ ਤਿਆਰ ਕਰਦੇ ਆ ਉਹ ਫੁੱਲ ਹੈਵੀ ਚੱਕਿਆਂ ਦੇ ਵਿੱਚ ਤੇ ਮੰਨ ਕੇ ਚੱਲੋ ਵੀ ਉਹ ਜੇ ਅਗਲਾ ਨਵੇਂ ਟਾਇਰ ਪਵਾਉਂਦਾ ਹੈ ਫੁੱਲ ਹੈਵੀ ਚੱਕੇ ਪਵਾਉਂਦਾ ਹੈ ਤੇ ਲੋਹੇ ਦੀ ਚਾਦਰ 12 ਗੇਜ ਦੀ ਚਾਦਰ ਲਵਾ ਕੇ ਤਿਆਰ ਕਰਵਾਉਂਦਾ ਹੈ ਉਹ ਆਪਾਂ 24000 ਦੇ ਇਹ ਗੇੜੇ ਗੇੜ ਫੇੜ ਚ ਤਿਆਰ ਕਰ ਦਿਆਂਗੇ ਜੀ ਅੱਛਾ ਹਾਂ ਜਿਹੜੀਆਂ ਮੋਟਰਸਾਈਕਲ ਦੇ ਪਿੱਛੇ ਪਈਆਂ ਹੁੰਦੀਆਂ ਰਿਹੜੀਆਂ ਜਿਹੜੀਆਂ ਜਿਹੜੀਆਂ ਅੱਧਾ ਵੱਟ ਕੇ ਲਾਇਆ ਹੁੰਦਾ ਹਾਂ ਹਾਂ ਵੱੱਢ ਕੇ ਲਾਇਆ ਹੁੰਦਾ ਜਿਹੜਾ ਫਿਕਸ ਕਰਦੇ ਆਪਾਂ 24000 ਦੇ ਵਿੱਚ ਹਾਂ 24000 ਜੋ ਉਹ ਆਪਾਂ ਰੈਡੀ ਫਿਕਸ ਕਰਕੇ ਦਿੰਨੇ ਆਂਗੇ ਉਹ ਜਿਹੜਾ ਅੱਧਾ ਮੋਟਰਸਾਈਕਲ ਜਾਂ ਵੱਡ ਕੇ ਮੂਰੇ ਮੋਟਰਸਾਈਕਲ ਦਾ ਪਿੱਛੇ ਰੇੜੀ ਹੁੰਦੀ ਹੈ ਹਾਂ ਉਹ ਫਿਕਸ ਕਰਕੇ ਦਿੰਨੇ ਆਗੇ 24000 ਦੇ ਵਿੱਚ ਲਓ ਭਾਈ 24000 ਦੇ ਵਿੱਚ ਤੁਹਾਡੇ ਮੋਟਰਸਾਈਕਲ ਤੇ ਰੇੜੀ ਲੱਗ ਲਾ ਸਕਦਾ ਹੈ ਸਿਕੰਦਰ ਭਾਈ ਕਿਉਂਕਿ ਸਿਕੰਦਰ ਕਹਿੰਦਾ ਵੀ ਮੈਂ ਜਿਆਦਾ ਆਪਦਾ ਨੌ ਬਣਾਉਣ ਦੀ ਮੇਰੀ ਸੋਚ ਹੈ ਵੀ ਨੌ ਬਣੇ ਹਨ ਤੇ ਕਈ ਵਾਰੀ ਅਗਲਾ ਕਹਿੰਦਾ ਵੀ ਮੋਟਰਸਾਈਕਲ ਵੀ ਲਾ ਕੇ ਦਿਓ ਆਪਾਂ ਨੂੰ ਉਹ ਮੰਨ ਗਏ ਚਲੋ ਵੀ 35 36000 ਰੁਪਏ ਦੇ ਵਿੱਚ ਆਪਾਂ ਮੋਟਰਸਾਈਕਲ ਨਾਲ ਲਾ ਕੇ ਵੀ ਦੇ ਦੰਨੇ ਆਗੇ ਜਾਊਂਗਾ ਕਰਾਉਣਾ ਜਾਊਂਗਾ ਤਿਆਰ ਕਰ ਸਕਦਾ ਹੈਗਾ ਜੇ ਤੁਸੀਂ ਰੇੜੀ ਬਣਵਾਉਣੀ ਆ ਤਾਂ ਰੇੜੀ ਵੀ ਮਤਲਬ ਕਿ ਬਣ ਸਕਦੀ ਆ ਹਾਂ ਉਹ ਵੀ ਤਿਆਰ ਕਰਦੇ ਆ ਕਿ ਇਸ ਕੰਦਰ ਲੱਕੜ ਦੀ ਬਾਡੀ ਵਾਲਾ ਬਣਾਉਣਾ ਹੋਵੇ ਫਿਰ ਹੋਰ ਸਸਤਾ ਪਊ ਹਾਂ ਉਹ ਹੋਰ ਉਹਦਾ ਮੰਨ ਕੇ ਚੱਲੋ ਵੀ 2000 ਰੁਪਏ ਹੋਰ ਘਟ ਜਾਂਦਾਗਾ ਅੱਛਾ ਲੱਕੜ ਦੀ ਬਾਡੀ ਦੇ ਵਿੱਚ ਯਾਨੀ ਲੱਕੜ ਦੀ ਬਾਡੀ ਵਾਲਾ ਤਾਂ 22-23000 ਰੁਪਏ ਚ ਤੁਸੀਂ ਤਿਆਰ ਕਰਦੇ ਹੋ ਹਾਂ 2000 ਜੀ ਤਿਆਰ ਹੋ ਜਾਂਦਾ ਹੈ ਬਾਕੀ ਜਹੀ ਜੀ ਅਗਲਾ ਚੀਜ਼ ਮਤਲਬ ਜੇ ਚੱਕੇ ਅਗਲਾ ਕਹੇ ਵੀ ਮੈਂ ਹੌਲੇ ਪਵਾਉਣੇ ਨੇ ਜਾਂ ਮਤਲਬ ਭਾਰੀ ਪਵਾਉਣੇ ਨੇ ਉਹਦੇ ਨਾਲ ਥੋੜਾ ਮੋਟਾ ਹੇ ਅੱਗੇ ਪਿੱਛੇ ਹੋ ਜਾਂਦਾ ਰੇਟ ਕਿਉਂਕਿ ਇਹ ਚੱਕੇ ਜਿਹੜੇ ਆਪਾਂ ਨੂੰ ਪੈਂਦੇ ਨੇ ਇਹ ਤਾਂ ਚੱਕਾ ਪੈਂਦਾ ਹੈ 2000 ਦੇ ਕਰੀਬ ਹੂੰ ਜਿਹੜਾ ਚੱਕਾ ਪੈਂਦਾ ਇੱਕ ਲਾਈ ਵੀਲ ਦੀ ਟਾਈਪ ਦਾ ਹੂੰ ਉਹ ਚੱਕਾ ਪੈ ਜਾਂਦਾ ਮੰਨ ਕੇ ਚੱਲੋ 3000 ਤੇ 3500 ਦਾ ਨਹੀਂ ਹੁੰਦਾ ਤਾਂ ਇਹਨਾਂ ਨੂੰ ਵੀ ਕੁਝ ਨਹੀਂ ਹੋਣਾ ਹਾਂ ਹੁੰਦਾ ਇਹਨਾਂ ਨੂੰ ਵੀ ਕੁਝ ਨਹੀਂ ਚੱਲਨੀ ਸਾਰੇ ਜਾਂਦੇ ਨੇ ਕਈ ਵਾਰੀ ਅਗਲਾ ਨਾ ਕਹਿੰਦਾ ਵੀ ਮੈਨੂੰ ਸ਼ੌਂਕ ਹੈ ਵੀ ਮੈਂ ਤਾਂ ਉੱਥੇ ਤਰ੍ਹਾਂ ਦੇ ਚੱਕੇ ਪਵਾਉਣੇ ਨੇਗੇ ਸ਼ੌਂਕ ਅੱਛਾ ਵੀ ਉਹ ਚੱਕੇ ਮਤਲਬ ਲਾਈ ਵੀਲ ਵਾਂਗੂ ਹੀ ਪਵਾਉਣੇ ਨੇ ਉਹ ਅਗਲੇ ਪਵਾ ਲੈਂਦੇ ਨੇਗੇ ਉਹਦੇ ਨਾਲ ਥੋੜਾ ਜਿਹਾ ਰੇਟ ਵੱਧ ਹੈ ਬਾਕੀ ਇਹ ਮਰਦੇ ਨਹੀਂ ਇਹ ਹੈ ਤੇ ਇਹ ਚੱਕੇ ਬਹੁਤ ਵਧੀਆ ਚੱਲਦੇ ਨੇਗੇ ਸੋ ਬਾਈ ਬੜੀ ਵਧੀਆ ਜਾਣਕਾਰੀ ਸਕੰਦਰ ਨੇ ਆਪਾਂ ਨੂੰ ਦਿੱਤੀ ਸਕੰਦਰ ਖਾਨ ਦਾ ਨੰਬਰ ਤੁਸੀਂ ਯਾਦ ਰੱਖੋ ਕਿਉਂਕਿ ਮੈਨੂੰ ਵਧੀਆ ਗੱਲ ਇਹ ਲੱਗੀ ਕਹਿੰਦਾ ਯਾਰ ਬਾਈ ਮਾਰਜਨ ਚਾਹੇ ਘੱਟ ਹੋ ਜੇ ਇਹ ਆ ਮੈਂ ਆਪਦੇ ਪ੍ਰੋਡਕਟ ਜ਼ਿਆਦਾ ਲੋਕਾਂ ਨੂੰ ਦੇਣੇ ਆ ਆਪਦਾ ਨਾਮ ਬਣਾਉਣਾਗਾ ਕਿਉਂਕਿ ਇੰਨੇ ਕੁ ਰੁਪਈਆ ਚ ਕੋਈ ਨਹੀਂ ਬਣਾ ਕੇ ਦਿੰਦਾ ਤੁਸੀਂ ਨਾ ਤਾਂ ਤੁਹਾਨੂੰ ਰੈਡੀ ਬਣਾ ਕੇ ਦੇਵੇ ਕੋਈ ਮੋਟਰਸਾਈਕਲ ਵਾਲੀ ਇੰਨੇ ਰੁਪਈਆ ਚ ਤੇ ਨਾ ਹੀ ਜਾਊਗਾ ਬਣਾ ਕੇ ਦੇਵੇ ਠੀਕ ਹੈ ਇਹ ਤਾਂ ਸਿਰਫ ਕਹਿੰਦਾ ਵੀ ਚਲੋ ਬਾਈ ਜੀ ਗੱਲ ਇਹ ਹੈ ਵੀ ਚਲੋ ਹੌਲੀ ਹੌਲੀ ਬੰਦੇ ਦਾ ਨੌ ਬਣ ਜਾਂਦਾਗਾ ਤੇ ਪਰ ਜੋਂਗੇ ਦੇ ਹੁਣ ਵੀ ਵਿਕ ਰਹੇ ਨੇ ਰੇੜੀਆਂ ਹੁਣ ਵੀ ਵੇਚ ਰਿਹਾ ਪਰ ਇਹਨੂੰ ਐ ਵੀ ਥੋੜਾ ਜਿਹਾ ਵੱਡੇ ਪੱਧਰ ਤੇ ਕੰਮ ਹੋ ਜੇ ਹਰੇਕ ਬੰਦੇ ਨੂੰ ਹੁੰਦਾ ਹੀ ਆ ਵੀ ਜਿਹੜਾ ਬੰਦਾ ਕੰਮ ਕਰਦਾ ਹੈ ਬਾਕੀ ਆਪਾਂ ਐ ਸਹੀ ਮਤਲਬ ਪੂਰੀ ਹੈਵੀ ਚੀਜ਼ ਲਾ ਕੇ ਦਿੰਨੇ ਆ ਜਿਹੜੀ ਚੀਜ਼ ਆਪਾਂ ਬਣਾ ਕੇ ਦਿੰਨੇ ਆ ਉਹਦਾ ਕਿਸੇ ਨੂੰ ਕੋਈ ਮਤਲਬ ਤਖਲੀਪ ਨਹੀਂ ਆਉਗੀ ਉਹਦੀ ਜਾਨੀ ਲੰਬਾ ਨਹੀਂ ਦਿਕਤ ਨਹੀਂ ਆਉਗੀ ਹਾਂ ਬਿਲਕੁਲ ਹਾਂ ਆਪਾਂ ਜਦੋਂ ਕਿਸੇ ਨਾਲ ਵੀ ਰੇਟ ਕਰ ਲਿਆ ਵੀ ਆਪਾਂ ਇੰਨੇ ਚਰਚ ਇੰਨੇ ਰੇਟ ਚ ਬਣਾ ਕੇ ਦੇਣੀ ਹੈ ਬੇਸ਼ੱਕ ਮੈਨੂੰ ਉਹ ਚ ਘਾਟਾ ਪੈ ਜੇ ਪਰ ਆਪਾਂ ਮਾੜੀ ਚੀਜ਼ ਨਹੀਂ ਉਹਦੇ ਲਾਕੇ ਦੇਣੀ ਕੋਈ ਵੀ ਬਾਈ ਪਤਾ ਗੱਲ ਕੀ ਹੈ ਪੇਜ ਦੇ ਉੱਤੇ ਤੁਸੀਂ ਵੀਡੀਓ ਦੇਖੋ ਸਕੰਦਰ ਮੈਨੂੰ ਕਹਿੰਦਾ ਬਾਈ ਜੇ ਕੋਈ ਕਿਸੇ ਨੂੰ ਕੋਈ ਚੀਜ਼ ਨਹੀਂ ਪਤਾ ਲੱਗਦੀ ਮੰਨ ਲਓ ਕਿਸੇ ਨੇ ਰੇੜੀ ਬਣਾਉਣੀ ਹੈ ਜਾਂ ਜੌਂਗਾ ਬਣਾਉਣਾ ਦਾ ਕਹਿੰਦਾ ਮੈਨੂੰ ਫੋਨ ਕਰ ਲੈ ਯਾਰ ਮੈਂ ਦੱਸ ਦਿੰਦਾ ਕਿਉਂਕਿ ਥੋੜੇ ਲੋਕ ਹੀ ਇਦਾਂ ਦੇ ਹੁੰਦੇ ਨਹੀਂ ਤਾਂ ਅਗਲਾ ਲਕੋ ਰੱਖਦਾਗਾ ਪਰ ਸਕੰਦਰ ਬੜੇ ਵਧੀਆ ਦਿਲ ਦਾ ਬੰਦਾਗਾ ਤੁਸੀਂ ਜੇ ਰੇੜੀ ਜਾਂ ਜਉਂਗਾ ਬੜਮਾਉਣਾ ਤਾਂ ਸਭ ਤੋਂ ਪਹਿਲਾਂ ਇੱਕ ਵਾਰ ਸਕੰਦਰ ਨੂੰ ਕਾਲ ਜ਼ਰੂਰ ਕਰਿਓ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਇੱਕ ਵਧੀਆ ਇਨਸਾਨ ਵਾਸਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ ਰੇੜੀ ਬਣਾਉਣੀ ਆ ਨਹੀਂ ਬਣਾਉਣੀ ਤੁਹਾਡਾ ਕੋਈ ਇਸ ਵੀਡੀਓ ਨਾਲ ਲੈਗਾ ਦੇਗਾ ਹੈ ਜਾਂ ਨਹੀਂ ਹੈ ਉਹ ਨਹੀਂ ਮੈਨੂੰ ਪਤਾ ਪਰ ਇੱਕ ਸਕੰਦਰ ਵਾਸਤੇ ਇੱਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਕਿਉਂਕਿ ਏ ਵੀਰ ਦੇ ਮਨ ਦੇ ਵਿੱਚ ਇਹ ਆ ਕਿ ਮੈਂ ਆਪਣਾ ਜਿਹੜਾ ਕੰਮ ਆ ਉਹ ਲੋਕਾਂ ਨੂੰ ਦਿਖਾਉਣਾ ਜਿਹੜਾ ਆਪਣਾ ਨਵਾਂ ਉਹ ਲੋਕਾਂ ਦੇ ਵਿੱਚ ਚਮਕਾਉਣਾਗਾ ਰੇੜੀਆਂ ਦੇ ਵਿੱਚ ਤੇ ਜੌਂਗੇ ਬਣਾਉਣ ਦੇ ਵਿੱਚ ਸਿਕੰਦਰ ਮਿਲਦੇ ਆ ਫਿਰ ਠੀਕ ਹੈ ਜੀ ਧੰਨਵਾਦ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ